ਵੈਰੀ ਕਾਲਸਾ ਵੈਰੀ ਫਤੇ ਅਸੀਂ ਹੁਣੇ-ਹੁਣੇ ਜੋਤੀ ਸਰੂਪ ਤੋਂ ਵਾਪਸ ਆ ਰਹੇ ਹਾਂ ਜਿੱਥੇ ਕਿ ਭਾਈਪਿੰਦਰਪਾਲ ਸਿੰਘ ਜੀ ਨੇ ਸਾਜਾ ਦਾ ਇਤਿਹਾਸ 1:30 ਤੋਂ ਲੈ ਕੇ 12:30 ਤੱਕ 2 ਘੰਟੇ ਵਿੱਚ ਲਾਇਆ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ excess of everything is a bad or is the best judge ਕਿ ਕੋਈ ਗੱਲ ਓਨੀ ਕਰੋ ਜਿੰਨੀ ਕਿ ਸੰਗਤ ਨੂੰ ਸੁਖਾ ਜਾਏ ਜਿਹੜੀ ਗੱਲ 2 ਘੰਟੇ ਚ ਕਹੀ ਗਈ ਹੈ ਉਹ ਘੰਟੇ ਵਿੱਚ ਸਮਰਾਇਜ਼ ਵੀ ਕੀਤੀ ਜਾ ਸਕਦੀ ਸੀ ਜੇ ਅਸੀਂ ਘੜਡਾਂ ਵਿੱਚ ਹੀ ਜਦੋਂ ਬੈਠਦੇ ਹਾਂ ਤੇ ਹਰ ਗੱਲ ਦੀ ਲਿਮਟ ਹੁੰਦੀ ਹੈ ਤੇ ਉਹਨਾਂ ਗੱਲਾਂ ਤੋਂ ਬੰਦੇ ਗੱਤਾਂ ਵੀ ਕਰਦੇ ਨੇ ਕਿ ਸੰਗਤ ਨੇ ਲੰਗਰ ਵੀ ਛਕਣਾ ਕਿਸ ਨੂੰ ਭੁੱਖ ਵੀ ਲੱਗੀ ਏ ਕਿ ਦੂਰ ਦਰਾਡੇ ਤੋਂ ਗੱਡੀਆਂ ਤੇ ਬੱਸਾਂ ਤੇ ਆਏ ਨੇ ਉਹਨਾਂ ਘਰ ਵੀ ਪਹੁੰਚਣੇ ਤੇ ਕਿਸੇ ਕੋ ਪ੍ਰਵਾਹ ਨਹੀਂ ਕਿਉਂਕਿ ਕਮਰੇ ਨਾ ਦੇਣਾ ਕੋਈ ਨਹੀਂ ਉਹ ਹੈਗਾ ਮਨਿਸਟਰਾਂ ਵਾਸਤੇ ਜਾਂ ਵੀਆਪੀ ਵਾਸਤੇ ਜਿਹੜੇ ਕਿ ਟੁਕੜ ਪੋਚਨੇ ਬਾਦਲਾਂ ਦੇ ਤੇ ਪੈਸੇ ਕਾੰਦੇ ਨੇ ਤੇ ਯਾਸ਼ੀ ਵੇਚ ਕਰਦੇ ਨੇ ਤੇ ਪੈਸੇ ਰੁਭਕੀ ਖਾਂਦੇ ਨੇ ਭੁੱਖੀ ਵੇਚਦੇ ਨੇ ਤੇ ਅਸੀਂ ਕਮਰੇ 'ਚ 2240 ਰੁਪਏ ਹੋਟਲ 'ਚ ਦੇ ਕੇ ਰਹਿ ਰਹੇ ਹਾਂ ਤੇ ਮੈਂ ਕਿ ਮੈਸੇਜ ਆ ਚੁੱਕਾ ਹਾਂ ਫੇਰ ਰਿਪੀਟ ਕਰ ਦਿੰਨਾ ਕਿ ਗੁਰੂ ਘਰ ਚ ਮੱਥਾ ਟੇਕਣਾ ਬੰਦ ਕਰੋ ਜੇ ਸੌ ਟੇਕਣਾ ਦੱਸ ਟੇਕੋ ਜਿਹੜੇ ਨੱਬੇ ਵਜਾਣੇ ਨੇ ਉਹ ਗਰੀਬਾਂ ਤੇ ਲਾਓ ਜਿਹੜੀ ਆਣ ਲੱਗਿਆ ਰਸੀਦ ਕਿਤਾੰਦੇ 210 310 ਇਹ ਗੁਰਦੁਆਰੇ ਤੇ ਨਹੀਂ ਲਗਣੀ ਇਹ ਬਾਦ ਉਹਨਾਂ ਦੇ ਘਰ ਜਾਣੀ ਹੈ ਜਾਂ ਇਲੈਕਸ਼ਨ 'ਚ ਲੱਗਣੀ ਹੈ ਜਾਂ ਯਾਸ਼ੀਦ ਲੱਗਣੀ ਹੈ ਜਾਂ ਇਹਨਾਂ ਭੁਖੀ ਖਾਂਡ ਦੇ ਵਿੱਚ ਨਹੀਂ ਹੈ ਉਹ ਪੈਸਾ ਤੁਸੀਂ ਆਪਣੇ ਹੋਟਲ ਤੇ ਲਾ ਲਓ ਜਾਂ ਆਪਣੇ ਆਪ ਨੂੰ ਸੁਖ ਵਰਤਾਓ ਤੇ ਜਾਂ ਜਿਹੜੇ ਬਾਗਤਾ ਦੁਖੀ ਹੈ ਉਹਨਾਂ ਨੂੰ ਸੁਖ ਵਰਤਾਓ ਤੇ ਇਹਨਾਂ ਨੂੰ ਫੜ ਕੇ ਲੰਮੇ ਪਾਓ ਬਸ ਇੰਨਾ ਹੀ ਮੇਰਾ ਮੈਸੇਜ ਹੈ ਕਿ ਗੱਲ ਬਹੁਤੀ ਨੂੰ ਥੋੜੀ ਨੂੰ ਬਹੁਤਾ ਸਮਝਣਾ ਇਸ਼ਾਰੇ ਕਾफी ਸਾਂਣੇ ਨੂੰ ਮੈਂ ਕੋਈ ਪਤਾ ਨਹੀਂ ਆਖਿਆ ਬਸ ਜਿਹਨਾਂ ਨੂੰ ਸਮਝ ਲੱਗਣੀ ਲੱਗ ਗਈ ਹੈ ਤੇ ਲੰਮੇ ਕਾ ਨੂੰ ਪਾਣਾ ਹੈ ਬਸ ਲੋਮੇ ਪਾਈ ਜੋ ਲੋਕਾ ਜਤਾ ਗੇਰ ਚੁਕੇ ਨੇ ਇਲੈਕਸ਼ਨ ਹਨ ਹਾਰ ਨਹੀਂ ਹਾਰਨੀ ਹੈ ਜਵਾਨਾਂ ਦਾ ਜਵ ਤੋੜੀਆਂ ਹੋਣੀਆਂ ਨੇ ਤੇ ਇਸ ਕਰਕੇ ਪਿਆਰੋ ਇਹ ਜਿਹੜੀ ਮੈਂ ਪਿੱਦਰ ਬਾਸ ਇਨ ਕਾਂਗਾ ਵੀ ਤੁਹਾਡੀ ਤਕਰੀਰ ਬੜੀ ਵਧੀਆ ਪਰ ਗੱਲ ਉਨੀ ਕਰਿਆ ਕਰੋ ਜਿੰਨੇ ਕਿਸ ਨੂੰ ਸੁਖਾ ਜਾ ਇੱਕ ਮਾਈ 30 ਸਾਲ ਤੋਂ ਕਥਾ ਸੁਣਦੀ ਸੀ ਤੇ ਕਿਸੇ ਨੌਜਾਨ ਪੁੱਛਿਆ ਮਾਤਾ ਜੀ ਅੱਜ ਕੀ ਸੁਣ ਕੇ ਆਇਓ ਕਹਿੰਦੀ ਐਡੀ ਮੋਟੀ ਪੋਥੀ ਤੇ ਸਮਝ ਵੀ ਆਉਂਦੀ ਏ ਆਪਾਂ ਟਾਈਮ ਬਾਸ ਕਰ ਜਾਂਦੇ ਵਾਹਿਗੁਰੂ ਵਾਹਿਗੁਰੂ ਘਰ ਜਾ ਕੇ ਪਤੀ ਪਤਨੀ ਜੂਤ ਪਟਾਗ ਵੀ ਹੁੰਦੇ ਨੇ ਬਸੜਾ ਹਲਗੋ ਹਾਲ ਨਹੀਂ ਹੁੰਦਾ ਤੇ ਸਾਡੇ ਮਸਲੇ ਨੂੰ ਕੋਈ ਹੱਲ ਨਹੀਂ ਕਰਦਾ ਜਿਹੜਾ ਦੁਖੀ ਹੈ ਦੁਖੀ ਰਹੇ ਤੇ ਇਹ ਜਿਹੜੀ ਸਗਰੀਰਾ ਨੇ ਨਾ ਇਹਨਾਂ ਦਾ ਥਾਲਾ ਜਨ ਕੋਈ ਨਹੀਂ ਬਣਾਣਾ ਪ੍ਰੈਕਟੀਕਲ ਕੰਮ ਕਰਨ ਦੀ ਲੋੜ ਹੈ ਗੁਰੂ ਸਾਹਿਬ ਬੋਲਦੇ ਬਹੁਤ ਘਟਸਨ ਤੇ ਫੀਲਡ ਕੰਮ ਕਰਦੇ ਸਨ ਸੋ ਸਮਝੋ ਵਾਹਿਗੁਰੂ 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 ਤੁਹਾਨੂੰ ਸਾਹਿਬ ਜਾਦੇ ਤੁਹਾਨੂੰ ਮਾਤਾ ਗੁਜਰੀ ਜੀ ਵਾਹਿ ਖਾਲਸਾ ਵਾਜੀ ਖਤੇ